ਆ ਗਏ ਜੀ ਸਿਲੰਡਰ ਅੱਗ ਬੁਝਾਉਣ ਵਾਲੇ, ਇਹ ਵੀ ਉਹਦੇ ਆ ਗਏ ਸ਼ਿਪ ਦੇ। ਅਤੇ ਆ ਗਏ ਜੀ ਲੌਕ ਸਮੁੰਦਰੀ ਜਹਾਜ਼ ਦੇ ਜਿਹੜੇ ਦਰਵਾਜ਼ਿਆਂ ਨੂੰ ਜਿਵੇਂ ਬਾਥਰੂਮਾਂ ਨੂੰ ਆਪਾਂ ਵੇਖ ਕੇ ਆਏ ਹਾਂ, ਆਹ ਸਾਰੇ ਲੌਕ ਆ। ਕਈ ਵਾਰੀ ਟੂਟੀਆਂ ਵਗੈਰਾ ਵੀ ਆ ਜਾਂਦੀਆਂ ਇਹਦੇ ਵਿੱਚ। ਉਹ ਪੈਂਟ 'ਤੇ ਜੋ ਵੀ ਇਹਦਾ ਝੱਗਾ ਜਿਹਾ ਵਿੱਚੇ ਬਣਿਆ ਹੋਇਆ, ਇਹ 'ਤੇ ਇਹਦੀ ਕੀਮਤ ਵੀ ਸਾਰੀ 500 ਰੁਪਏ ਹੀ ਆ। ਦੂਸਰੀ ਮਸ਼ੀਨ ਕੱਸ ਕੇ ਵੀ ਇਹਨੂੰ ਇਸ ਤਰ੍ਹਾਂ ਲਗਾ ਸਕਦੇ ਆ, ਵੇਖਣ ਨੂੰ ਕਾਫੀ ਵਧੀਆ ਲੱਗਦਾ, ਲੁੱਕ ਵਾਈਜ਼ ਵਗੈਰਾ ਵਿੰਟੇਜ ਲੁੱਕ ਆ। ਜਦੋਂ ਆਪਾਂ ਬਾਜ਼ਾਰ ਦੇ ਵਿੱਚੋਂ ਡੋਰ ਕਲੋਜ਼ਰ ਲਿਆਉਂਦੇ ਨਾ, ਉਹ ਤਕਰੀਬਨ ਸਾਲ ਕੁ ਵਾਈ ਦੀ ਲੀਕ ਹੋ ਜਾਂਦਾ। ਇਹ 3 ਸਾਲ ਦੀ ਗਰੰਟੀ ਦਿੰਦੇ ਆ ਅਤੇ ਰੇਟ ਇਹਦਾ ਸਾਰਾ 400, 600 ਅਤੇ 800 ਆ ਸਾਈਜ਼ ਦੇ ਹਿਸਾਬ ਦੇ ਨਾਲ। ਹੁਣ ਆਪਾਂ ਤੁਹਾਨੂੰ ਵਿਖਾਉਣ ਲੱਗੇ ਜੀ ਛੋਟੀ ਜਿਹੀ ਫਰਿੱਜ, ਸ਼ਾਰਪ ਕੰਪਨੀ ਦੀ ਆ, ਸ਼ਾਰਪ। ਅਤੇ ਆਹ ਦਿਖਾਉਂਦੇ ਤੁਹਾਨੂੰ, ਮੇਡ ਇਨ ਇੰਗਲੈਂਡ ਆ ਜੀ ਆਹ ਵਾਲੀ ਬਾਕ ਕਰਕੇ। ਇਹ ਜਿਹੜਾ ਨਾ ਘੁੱਗੂ ਆ, ਚਾਹੇ ਇਹਨੂੰ ਆਪਾਂ ਅਲਾਰਮ ਕਹਿ ਦਿੰਦੇ ਹਾਂ, ਜਿਵੇਂ ਕਿ ਕੰਬਾਈਨਾਂ ਜਿਹਦੇ ਕੋਲ, ਜਿਹਦੇ ਵਿੱਚ 24 ਵੋਲਟ ਸਪਲਾਈ ਹੁੰਦੀ ਆ, ਜਦੋਂ ਟੈਂਕੀ ਭਰ ਜਾਂਦੀ ਹੈ ਨਾ, ਉੱਥੇ ਬੰਦਾ ਇਹ ਲਾ ਸਕਦਾ। 80 ਨੰਬਰ ਦੀ ਚਾਬੀ ਹੈ ਜੀ। ਇੱਥੇ ਮੈਂ ਤੁਹਾਨੂੰ ਦਿਖਾਉਣ ਲੱਗਾ ਜੀ ਟੋਚਨ। ਜੋ ਵੀ ਜ਼ਿਮੀਂਦਾਰਾਂ ਕੰਮ ਆ, ਸਭ ਤੋਂ ਜ਼ਿਆਦਾ ਆਹ ਟੋਚਨ ਦੀ ਜ਼ਰੂਰਤ ਰਹਿੰਦੀ ਆ। ਟਰੈਕਟਰ ਦੇ ਵਿੱਚ ਕਦੋਂ ਕੱਦੂ ਦੇ ਵਿੱਚ ਖੁੱਭ ਗਿਆ, ਕਦੇ ਕਿਤੇ ਕੋਈ ਵੱਟ 'ਤੇ, ਹੈ ਨਾ, ਕਿਤੇ ਵੀ 200 ਰੁਪਏ ਕਿਲੋ। ਕਿੰਨੀ ਘੱਟੋ ਘੱਟ ਦਿੰਦੇ ਤੁਸੀਂ? ਜਿੰਨੀ ਮਰਜ਼ੀ ਬਣਾ ਲਓ, ਭਾਵੇਂ ਸਾਡੇ ਤੋਂ 2 ਮੀਟਰ ਲੈ ਲਓ। ਅੱਛਾ, ਜਿੰਨੀ ਵੀ ਤੁਸੀਂ ਮਰਜ਼ੀ ਲੈ ਸਕਦੇ ਹੋ, ਇਹ ਕਿਲੋ ਦੇ ਹਿਸਾਬ ਦੇ ਨਾਲ ਆ, 200 ਰੁਪਏ ਕਿਲੋ। ਡਿਜ਼ਾਈਨ ਹੀ ਪਾਉਣਾ ਹੋ ਸਕਦਾ ਅੱਗੇ? ਹਾਂ, ਸਾਈਜ਼ ਜੇ ਤੁਸੀਂ ਵੇਖੋ ਤਾਂ ਅੰਦਾਜ਼ਾ ਪਾ ਗਿਆ ਇਹਦੇ 1.5 ਇੰਚੀ ਪਾਈਪ ਜਿੰਨਾ ਮੋਟਾ। ਸਤਿ ਸ਼੍ਰੀ ਅਕਾਲ ਜੀ, ਅੱਜ ਆਪਾਂ ਆਏ ਹੋਏ ਆ ਜੀ ਫਿਰ ਇੱਕ ਵਾਰੀ ਮੋਗੇ। ਇਸ ਤੋਂ ਪਹਿਲਾਂ ਆਪਾਂ ਇੱਕ ਵੀਡੀਓ ਪਾਈ ਸੀ ਬਾਥਰੂਮਾਂ ਦੀ, ਉਹਦੇ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਆਪਾਂ ਕਿਸੇ ਦਿਨ ਪੂਰੀ ਵੀਡੀਓ ਬਣਾਵਾਂਗੇ ਜਿੰਨਾ ਵੀ ਸਮੁੰਦਰੀ ਜਹਾਜ਼ ਦਾ ਸਮਾਨ ਆਉਂਦਾ। ਅਤੇ ਅੱਜ ਆਪਾਂ ਫਿਰ ਇੱਥੇ ਚੌਧਰੀ ਨਿਕਲ ਵਾਲੇ ਦਸਾਂਝ ਰੋਡ ਦੇ ਉੱਤੇ ਇਹਨਾਂ ਦੀ ਸ਼ੌਪ ਆ, ਉੱਥੇ ਆਏ ਹੋਏ ਹਾਂ ਅਤੇ ਕੁਛ ਨਵਾਂ ਸਮਾਨ ਅੱਜ ਆਇਆ ਹੋਇਆ ਅਤੇ ਆਪਾਂ ਉਹ ਸਮਾਨ ਤੁਹਾਡੇ ਨਾਲ ਕੁਛ ਸਾਂਝਾ ਕਰਾਂਗੇ ਜੀ। ਇਹਦੇ ਕੀ ਪਿਆ ਵਾ, ਕਿਉਂਕਿ ਸਮਾਨ ਕਾਫੀ ਜ਼ਿਆਦਾ, ਵੀਡੀਓ ਕਾਫੀ ਲੰਬੀ ਹੋ ਸਕਦੀ ਹੈ ਜੀ, ਕਿਉਂਕਿ ਆਪਾਂ ਇੱਕ ਇੱਕ ਚੀਜ਼ ਅੱਜ ਤੁਹਾਨੂੰ ਦਿਖਾ ਦੇਣੀ ਆ। ਜਿਵੇਂ ਮੇਰੇ ਹੱਥ ਦੇ ਵਿੱਚ ਇਹ ਮੱਛੀਆਂ ਫੜਨ ਵਾਲਾ ਜੀ, ਇਹ ਵੈਸੇ ਕੰਮ ਤਾਂ ਹੈ ਨਹੀਂ ਕਿਸੇ, ਚਲੋ ਇੱਥੇ ਪਿਆ ਸੀ ਮੈਂ ਆਪਾਂ ਇੱਥੇ ਰੱਖ ਦਿਓ ਸਟੈਂਡ 'ਤੇ। ਸਭ ਤੋਂ ਹੁਣ ਆਪਾਂ ਪਹਿਲਾਂ ਸ਼ੁਰੂ ਕਰਦੇ ਇੱਥੋਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਹੇਅਰ ਡਰਾਇਰ, ਵਾਲ ਸੁਕਾਉਣ ਵਾਲੀਆਂ ਮਸ਼ੀਨਾਂ। ਇਹ ਸਮੁੰਦਰੀ ਜਹਾਜ਼ ਦਾ ਇਹ 220 ਵੋਲਟ 'ਤੇ ਚੱਲਦੀਆਂ ਜੀ, ਕੰਪਨੀ ਦੀਆਂ ਹੈਗੀਆਂ ਸਾਰੀਆਂ। ਅਤੇ ਆ ਮੈਂ ਤੁਹਾਨੂੰ ਇੱਥੇ ਵਿਖਾਊਂਗਾ, ਦੇਖੋ ਇਸ ਤਰ੍ਹਾਂ ਕ੍ਰੇਟ ਭਰੇ ਪਏ ਆ, ਕਿਉਂਕਿ ਅੱਜ ਕੱਲ੍ਹ ਸਰਦੀਆਂ ਵਿੱਚ ਕਾਫੀ ਜ਼ਰੂਰਤ ਰਹਿੰਦੀ ਇਹਨਾਂ ਦੀ। ਇੱਥੇ ਵੀ ਪਈਆਂ ਕੁਛ, ਇੱਥੇ ਪਈਆਂ 230 'ਤੇ ਜੋ ਆਪਣੇ ਘਰਾਂ ਦੇ ਵਿੱਚ ਸਪਲਾਈ ਉਹਦੇ 'ਤੇ ਚੱਲਦੀਆਂ, 800 ਰੁਪਏ ਦੀ ਕੀਮਤ ਦੇ ਵਿੱਚ ਇਹ ਆਪਾਂ ਨੂੰ ਮਿਲ ਜਾਂਦੀ ਇੱਥੋਂ। ਉਸ ਤੋਂ ਬਾਅਦ ਇੱਕ ਜੋ ਅੱਜ ਕੱਲ੍ਹ ਕਾਫੀ ਕੰਮ ਦੇ ਵਿੱਚ ਆ ਰਹੀ ਹੈ ਬੈਲਟ, ਇਹ ਬੈਲਟ ਟੋਚਨ ਦੇ ਵਜੋਂ ਵੀ ਵਰਤੀ ਜਾਂਦੀ ਹੈ। ਅਤੇ ਦੇਖ ਸਕਦੇ ਹੋ ਕਿ ਇਹ ਬੈਲਟਾਂ ਅਲੱਗ ਅਲੱਗ ਸਾਈਜ਼ ਦੇ ਵਿੱਚ ਤੁਹਾਨੂੰ ਮਿਲ ਜਾਣੀਆਂ, ਜੋ ਟਰੱਕਾਂ ਵਾਲੇ ਵੀਰ ਆ ਜਾਂ ਘਰਾਂ ਦੇ ਵਿੱਚ ਅਕਸਰ ਹੀ ਟੋਚਨ ਵਗੈਰਾ ਪਾਉਣ ਤੋਂ ਵੀ ਲੋਕ ਇਹ ਰੱਖਦੇ ਆ ਜੀ। ਇਸੇ ਤਰ੍ਹਾਂ ਹੀ ਮੈਂ ਹੋਰ ਤੁਹਾਨੂੰ ਵਿਖਾਵਾਂਗੇ, ਆਹ ਵੀ ਇੱਕ ਬੈਲਟ ਆ ਜੀ, ਯਾਨੀ ਇਹ ਪੂਰਾ ਸੈੱਟ ਹੀ ਹੁੰਦਾ ਜੀ। ਇਹ ਜੋ ਵੀ ਤੁਸੀਂ ਵੇਖ ਰਹੇ ਹੋ ਸਾਰਾ ਸਮੁੰਦਰੀ ਜਹਾਜ਼ ਦਾ ਹੀ ਆ ਜੀ, ਇਹਦੇ ਨਾਲ ਹੀ ਇਹ ਅਟੈਚ ਹੁੰਦੀ ਆ ਆਹ ਵਾਲੀ ਬੈਲਟ, ਯਾਨੀ ਐਂ ਸੈੱਟ ਮਿਲ ਜਾਂਦਾ। ਕਿੰਨੇ ਕੁ ਦਾ ਹੋਊਗਾ ਅੰਦਾਜ਼ਾ? 450 450 ਰੁਪਏ ਦਾ ਕੰਪਲੀਟ ਹੋ ਜਾਂਦਾ ਜੀ ਇਹ, ਵਜਨ ਦੇ ਮੁਤਾਬਕ, ਵਜਨ ਦੇ ਮੁਤਾਬਕ ਆ ਜੀ, ਤੋਲ ਕੇ ਆ। ਇਸ ਤੋਂ ਇਲਾਵਾ
ਇੱਕ ਆ ਸਿਲੰਡਰ ਪਿਆ। ਵੈਸੇ ਆਪਣੇ ਕੰਮ ਤਾਂ ਹੈ ਨਹੀਂ ਕਿਤੇ, ਪਰ ਜੇ ਕਿਸੇ ਨੇ ਕੋਈ ਉਹੋ ਜਿਹੀ ਚੀਜ਼ ਬਣਾਉਣੀ ਹੋਵੇ, ਕੋਈ ਬੰਦਾ ਕਾਢ ਵਾਲਾ ਜੁਗਾੜੀ ਹੋਵੇ, ਕੁਛ ਨਾ ਕੁਛ ਇਹਦਾ ਕੰਮ ਲੈ ਸਕਦਾ। ਗੈਸੋਲੀਨ ਸਿਲੰਡਰ, ਇਹ ਗੈਸੋਲੀਨ ਸਿਲੰਡਰ ਆ ਜਹਾਜ਼ ਨੂੰ ਸਟਾਰਟ ਕਰਨ ਵਾਸਤੇ ਆ ਇਹ। ਉਸ ਤੋਂ ਬਾਅਦ ਇੱਥੇ ਵੀ ਕਾਫੀ ਜਿਵੇਂ ਕਿ ਬੈਲਟਾਂ ਹੀ ਪਈਆਂ ਅਲੱਗ ਅਲੱਗ ਸਾਈਜ਼ ਦੀਆਂ, ਕਿਉਂਕਿ ਇਹ ਪਿਓਰ ਨਾਈਲੋਨ ਹੁੰਦੀ ਹੈ, ਕੁੱਤਲ ਵਾਲੀ ਤਾਂ ਹੁੰਦੀ ਨਹੀਂ। ਅਤੇ ਜਿਵੇਂ ਆ ਪੂਰਾ ਸੈੱਟ ਆ ਬਣਿਆ ਬਣਾਇਆ, ਕੰਪਲੀਟ ਆ, ਬਿਲਕੁਲ ਨਵੇਂ ਆ ਨੂੰ। ਉੱਤੇ ਲਿਖਿਆ ਵੀ ਆ ਕਾਰਗੋਲਕਸ, ਕੰਪਨੀ ਹੋਣੀ ਹੈ ਕਾਰਗੋਲਕਸ ਇਹ, ਠੀਕ ਆ। ਅੰਦਾਜ਼ਾ ਇਹ 400 to 500 ਰੁਪਏ ਦੇ ਵਿੱਚ ਆਪਾਂ ਨੂੰ ਮਿਲ ਜਾਂਦਾ ਇਹ, ਤਕਰੀਬਨ ਇਸ ਤਰ੍ਹਾਂ ਦਾ ਕੰਪਲੀਟ। ਇਸ ਤਰ੍ਹਾਂ ਹੀ ਕੁਛ ਆ ਜਿਵੇਂ ਹੈਮਰ ਆ, ਪਲਾਸਟਿਕ ਦਾ ਥੌੜਾ, ਜਿਹੜੇ ਲੋਕ ਡੈਂਟਿੰਗ ਦਾ ਕੰਮ ਵਗੈਰਾ ਕਰਦੇ ਆ ਜਾਂ ਕੋਈ ਜਿਵੇਂ ਅਲਮੀਨੀਅਮ ਦਾ ਕੰਮ ਕਰਦੇ ਆ, ਉਹਨਾਂ ਲੋਕਾਂ ਲਈ ਇਹ ਵਧੀਆ ਵਾ, ਕਿਉਂਕਿ ਇਹ ਜਿੱਥੇ ਵੀ ਸੱਟ ਮਾਰੂਗਾ ਉੱਥੇ ਦਾਗ ਨਹੀਂ ਪਾਉਂਦਾ। ਰੇਟ 800 ਦੀ 600 ਕੰਪਨੀ ਲਿਖੀ ਹੋਣੀ ਉਹਨੂੰ, ਕੰਪਨੀਆਂ ਮਿਲ ਜਾਂਦੀਆਂ। JVC ਦੇ ਸਪੀਕਰ ਆ, ਇਹਦੇ ਵਿੱਚ ਐਂਪਲੀਫਾਇਰ ਤਾਂ ਕੋਈ ਨਹੀਂ ਹੈਗਾ, ਇੱਥੋਂ ਸਿੱਧੀਆਂ ਤਾਰਾਂ ਲੱਗਦੀਆਂ, ਦੇਖੋ ਪੋਜ਼ਿਟਿਵ ਅਤੇ ਨੈਗੇਟਿਵ ਦੋ ਤਾਰਾਂ ਲਾ ਦਿਓ, ਐਂਪਲੀਫਾਇਰ ਦੀਆਂ ਸਪੀਕਰ ਚੱਲ ਪਵੇਗਾ। ਅਸਲ ਦੇ ਵਿੱਚ ਇਹ ਨਾ 8 ohm ਦੇ ਸਪੀਕਰ ਆ, 50 watt ਦੀ ਪਾਵਰ ਆ, ਯਾਨੀ ਜੇ ਕਿਸੇ ਨੇ ਮਿੱਠੀ ਮਿੱਠੀ ਆਵਾਜ਼ ਲੈਣੀ ਹੋਵੇ ਤਾਂ ਉਦੋਂ ਇਹ ਲੈ ਸਕਦਾ ਕੋਈ, ਇਹੋ ਇਹਦੇ ਨਾਲ ਮੈਚਿੰਗ ਕਰਾ ਕੇ ਐਂਪਲੀਫਾਇਰ ਲਗਾ ਸਕਦਾ ਜੀ, ਕਾਫੀ ਹੈਵੀ ਆ। ਇਹਦੀ ਤਕਰੀਬਨ ਕੀਮਤ 1800 ਰੁਪਏ ਦੇ ਆਸ ਪਾਸ ਆ ਜੀ, ਇੱਕ ਪੀਸ ਆ। ਜਿਵੇਂ ਇਹਦੇ ਵਿੱਚ ਇੱਕ ਇੱਥੇ ਸਪੀਕਰ ਲੱਗਾ, ਇੱਕ ਟਵੀਟਰ ਲੱਗਾ। ਇਸੇ ਤਰ੍ਹਾਂ ਹੀ ਜਹਾਜ਼ ਦਾ ਇੱਕ ਫਾਇਰ ਅਲਾਰਮ ਆ ਜੀ, ਜਦੋਂ ਅੱਗ ਲੱਗੀ ਤੋਂ ਜਿਹਨੂੰ ਆਪਾਂ ਘੁੱਗੂ ਕਹਿ ਦਈਏ ਜਾਂ ਇਹਨੂੰ ਹੂਟਰ ਕਹਿ ਦਈਏ, ਉਹ ਚੀਜ਼ ਆ। ਅਤੇ ਇਹਨੂੰ ਹੋਰ ਵੀ ਜਗ੍ਹਾ ਵਰਤ ਸਕਦੇ, ਕਿਉਂਕਿ ਇਹਦੇ ਵਿੱਚ ਨਾ ਇਹ ਮੋਟਰ ਲੱਗੀ ਹੋਈ ਆ, ਹਵਾ ਦੀ ਹੀ ਆਵਾਜ਼ ਇਹਦੀ ਨਿਕਲਦੀ ਹੈ। ਇਹ ਜਿਹੜਾ ਨਾ ਘੁੱਗੂ ਆ, ਚਾਹੇ ਇਹਨੂੰ ਆਪਾਂ ਅਲਾਰਮ ਕਹਿ ਦਿੰਦੇ ਹਾਂ, ਜਿਹਨੇ ਜਿਵੇਂ ਕਿ ਕੰਬਾਈਨਾਂ ਜਿਹਦੇ ਕੋਲ, ਜਿਹਦੇ ਵਿੱਚ 24 volt ਸਪਲਾਈ ਹੁੰਦੀ ਆ, ਜਦੋਂ ਟੈਂਕੀ ਭਰ ਜਾਂਦੀ ਹੈ ਨਾ, ਉੱਥੇ ਬੰਦਾ ਇਹ ਲਾ ਸਕਦਾ ਜੀ, ਕਿਉਂਕਿ ਕਦੇ ਵੀ ਖਰਾਬ ਹੋਣ ਵਾਲਾ ਨਹੀਂ। ਅਕਸਰ ਹੀ ਉੱਥੇ ਟੈਂਕੀ ਭਰੀ ਤੋਂ ਅਲਾਰਮ ਲਾਉਂਦੇ ਹੁੰਦੇ ਆ, ਉਹਦੀ ਜਗ੍ਹਾ ਆਪਾਂ ਇਹ ਲਾ ਸਕਦੇ, ਸਿੱਧਾ 24 volt 'ਤੇ ਚੱਲੇਗਾ ਜੀ। ਇਹਦੀ ਕੀਮਤ ਅੰਦਾਜ਼ਾ ਕਿੰਨੀ ਕੁ ਹੋਊਗੀ? 3000। ਇਹ 3000 ਰੁਪਏ ਦੇ ਆਸ ਪਾਸ ਹੋਵੇਗਾ ਜੀ। ਅਤੇ ਜੇ ਮੈਂ ਇਹਦੀ ਵੇਟ ਦੀ ਗੱਲ ਕਰਾਂ, ਘੱਟੋ ਘੱਟ ਇਹ 4 to 5 kilos ਹੋਵੇਗਾ ਜੀ, ਕਿਉਂਕਿ ਸਾਰੀ ਬਾਡੀ ਇਹਦੀ ਅਲਮੀਨੀਅਮ ਦੀ ਬਣੀ ਹੋਈ ਆ, ਪਲਾਸਟਿਕ ਇਹਦੇ ਵਿੱਚ ਕੁਛ ਵੀ ਨਹੀਂ ਗਾ। ਆਹ ਸ਼ੈਂਪੂ ਆ ਜੀ, ਇੱਕ ਇੱਕ ਪੀਸ ਇਸ ਤਰ੍ਹਾਂ 15 rupees ਦਾ, 15 rupees ਦੇ ਆਸ ਪਾਸ ਹੁੰਦਾ ਇਹ। ਜਿਵੇਂ ਕਿ ਮੰਨ ਲਓ ਤੁਸੀਂ ਬਾਹਰ ਕਿਤੇ ਸਫ਼ਰ ਦੇ ਵਿੱਚ ਜਾਂਦੇ ਆ, ਉਦੋਂ ਤੁਸੀਂ ਲਿਜਾ ਸਕਦੇ। ਬਾਡੀ ਵਾਸ਼ ਵੀ ਹੈ, ਬਾਡੀ ਵਾਸ਼ ਅਤੇ ਸ਼ੈਂਪੂ ਦੋਨੋਂ ਕੁਛ ਹੀ ਕਰਦਾ ਜੀ, ਕੰਡੀਸ਼ਨਰ ਵੀ ਵਿੱਚ ਹੀ ਇਹਦੇ। ਇਹ ਸਾਰਾ ਜਹਾਜ਼ ਦਾ ਸਮਾਨ ਆ ਜੀ। ਕੁਛ ਹੋਰ ਜਿਵੇਂ ਕਿ ਕਲੀਨਰ ਵਗੈਰਾ ਪਏ ਆ, ਕੁਛ ਫਰਸ਼ ਸਾਫ਼ ਕਰਨ ਨੂੰ, ਕੁਛ ਭਾਂਡੇ ਸਾਫ਼ ਕਰਨ ਨੂੰ, ਅਲੱਗ ਅਲੱਗ ਤਰ੍ਹਾਂ ਦੇ, ਕੁਛ ਸਟੀਲ ਸਾਫ਼ ਕਰਨ ਨੂੰ। ਆਪਣੇ ਪਾਈਪਾਂ ਦੇ ਵਿੱਚ ਜਾਲਾ ਵਗੈਰਾ ਪੈ ਜਾਂਦਾ ਹੈ ਨਾ, ਅਤੇ ਉਹ ਜਾਲੇ ਨੂੰ ਸਾਫ਼ ਕਰਨ ਵਾਸਤੇ ਕਾਫ਼ੀ ਲੋਕ ਤੇਜ਼ਾਬ ਵੀ ਪਾਉਂਦੇ ਆ, ਪਰ ਉਹਦੀ ਜਗ੍ਹਾ ਇਹ ਵਾਲਾ ਜਹਾਜ਼ ਦਾ ਹੈਗਾ ਜੀ, ਡਰੇਨ ਕਲੀਨਰ ਪਾਈਪ ਸਾਫ਼ ਕਰਨ ਨੂੰ। ਇਹ ਲੂਜ਼ ਵੀ ਮਿਲ ਜਾਂਦਾ? ਇਹ ਵੀ ਉਹੀ ਹੈ, ਯਾਨੀ ਕਿ ਜੇ ਤੁਸੀਂ ਖੁੱਲ੍ਹਾ ਚਾਹੀਦਾ ਖੁੱਲ੍ਹਾ ਹੀ ਮਿਲ ਜਾਂਦਾ। ਕੀ ਰੇਟ ਹੋਊ ਅੰਦਾਜ਼ਾ? 150 rupees ਲੀਟਰ। 150 rupees ਲੀਟਰ ਆ ਜੀ ਇਹ ਪਾਈਪ ਵਗੈਰਾ ਸਾਫ਼ ਕਰਨਾ। ਸਟਿੱਕਰ ਦਿਖਾ ਦਿਓ ਕਰਕੇ।
ਇਸ ਕੰਪਨੀ ਦਾ ਤੁਸੀਂ ਵੇਖ ਸਕਦੇ ਹੋ ਫ੍ਰੀ ਡਰੇਨ ਇਕੋਲੈਬ ਇਸੇ ਤਰ੍ਹਾਂ ਦੇ ਆ ਜਿਵੇਂ ਕਿ ਇਹਦੇ ਵਿੱਚ ਬਾਡੀ ਵਾਸ਼ ਵੀ ਆ ਗਿਆ ਸ਼ੈਂਪੂ ਵੀ ਆ ਗਏ ਤੇ ਲੂਜ ਵੀ ਮਿਲ ਜਾਂਦੇ ਆ ਮੰਨ ਲਓ ਜੇ ਤੁਸੀਂ ਇਹ ਨਹੀਂ ਕਹਿੰਦੇ ਵੀ ਕਈ ਵਾਰੀ ਆਪਾਂ ਗੱਡੀਆਂ ਸ਼ੈਂਪੂ ਵਗੈਰਾ ਨਾਲ ਧੋਣੇ ਆ ਜਾਂ ਉਸ ਕੰਮ ਵੀ ਆਪਾਂ ਲੈ ਸਕਦੇ ਹਾਂ ਸ਼ੈਂਪੂ ਹੈ ਨਾ ਹਾਂ ਜੇ ਕੋਈ ਬੰਦਾ ਕਿਸੇ ਕਮਰੇ 'ਚ ਫਸ ਜਾਵੇ ਤਾਂ ਉਹਨੂੰ ਤੋੜ ਕੇ ਕੱਢਣ ਵਾਸਤੇ ਜਲਦੀ ਤੋਂ ਜਲਦੀ ਇਹ ਨਹੀਂ ਦੇਖਦੇ ਵੀ ਕੀ ਨੁਕਸਾਨ ਹੁੰਦਾ ਉਹਨਾਂ ਨੇ ਬੰਦਾ ਬਾਹਰ ਕੱਢਣਾ ਅੱਛਾ ਜੇ ਜੇ ਇਹਦੀ ਕੀਮਤ ਦੀ ਗੱਲ ਕਰੀਏ ਕਿੰਨੀ ਕੁ ਹੋ ਸਕਦੀ ਹੈ 1200 ਰੁਪਏ 1200 ਰੁਪਇਆ ਜੀ ਲੱਕੜਾਂ ਪਾੜੂਗਾ ਬਿਲਕੁਲ ਬਣਿਆ ਹੀ ਲੱਕੜਾਂ ਪਾੜਨ ਨੂੰ ਆਹ ਚੀਜ਼ ਵੀ ਬਣੀ ਹੈ ਨਾ ਗਿਣਤੀ ਵਾਂਗੂ ਆ ਹਾਂ ਇਹ ਕੀ ਚੀਜ਼ ਆ ਇਹ ਵਾਈਨ ਬੋਟਲ ਹੋਲਡਰ ਆ ਇਹ ਵੀ ਜਹਾਜ਼ ਦਾ ਹੀ ਹੁੰਦਾ ਜੀ ਹਾਂਜੀ ਅੱਛਾ ਵੀ ਦਾਰੂ ਦੀ ਬੋਤਲ ਟੁੱਟੇ ਨਾ ਅੱਛਾ ਇਹਦੇ ਵਿੱਚ ਪਾ ਇਹਦੇ ਵਿੱਚ ਪਾ ਕੇ ਤੇ ਹੌਲੀ ਹੌਲੀ ਪਾਈ ਜਾਂਦੇ ਠੀਕ ਆ ਜੋ ਦਾਰੂ ਦੇ ਸ਼ਕੀਨ ਆ ਉਹਨਾਂ ਲਈ ਆ ਬੋਤਲ ਹੈ ਵਧੀਆ ਹਰ ਇੰਚ ਹੈਵੀ ਡਿਊਟੀ ਇਹ ਵੀ ਜਹਾਜ਼ ਦੇ ਹਾਂਜੀ ਇਹ ਕੀਮਤ ਇਹਦੀ ਲਿਖੀ ਹੋਈ ਹਾਂਜੀ ਅੱਛਾ ਔਰ ਇਹ ਹੈਗਾ 18 ਇੰਚ ਇਸੇ ਤਰ੍ਹਾਂ ਇਹ 24 ਇੰਚ ਇਹ ਤਾਂ ਇਹਨਾਂ ਦੇ ਬਿਲਕੁਲ ਨਵੇਂ ਹੀ ਪਏ ਆ ਇਹ ਯੂਜ਼ ਸਟੋਰ ਠੀਕ ਆ ਇਸ ਤੋਂ ਇਲਾਵਾ ਜਿਵੇਂ ਕਿ ਆਹ ਵੀ ਸਾਰਾ ਸਮਾਨ ਜਹਾਜ਼ ਦਾ ਹੀ ਆ ਕੁਛ ਕੁ ਤਾਂ ਅਜੇ ਇਹਦੇ ਵਿੱਚੋਂ ਆਹ ਚਾਕੂ ਕੱਢੇ ਹੀ ਨਹੀਂ ਗੇ ਲਿਫਾਫਿਆਂ 'ਚੋਂ ਆ ਹੁਣ ਮੈਂ ਹੀ ਕੱਢੇ ਆ ਅਤੇ ਆਹ ਵਾਲੀ ਜਿਵੇਂ ਤੁਸੀਂ ਟਰੇ ਵੇਖ ਸਕਦੇ ਹੋ ਜੇ ਮੈਂ ਉਹਨੂੰ ਥੱਲੇ ਸਾਈਡ 'ਤੇ ਟੁੱਟੂਗੀ ਤਾਂ ਨਹੀਂ ਵੇਖੀ ਜਾਊ ਨਹੀਂ ਟੁੱਟੇ ਕਿਉਂਕਿ ਇਹ ਸਪੈਸ਼ਲ ਕੁਛ ਮਟੀਰੀਅਲ ਹੈਗੇ ਆ ਜਿਵੇਂ ਤੁਸੀਂ ਆਹ ਵੇਖ ਸਕਦੇ ਹੋ ਹੈਲਮਟ ਬਿਲਕੁਲ ਇੱਥੇ ਹਨੇਰਾ ਤੇ ਜਾਗ ਰਿਹਾ ਕਿਉਂਕਿ ਇਹ ਰੇਡੀਅਮ ਕੋਟਿੰਗ ਹੋਈ ਹੋਈ ਆ ਇਹਦੇ ਉੱਪਰ ਇਹ ਕਿੰਨੇ ਦਾ ਹੋਵੇਗਾ ਜੀ ਲਓ ਤੁਸੀਂ ਵੇਖ ਸਕਦੇ ਆ ਕਿ ਇਕੱਲਾ ਹੈਲਮਟ ਹੀ ਜਾਗਦਾ ਪਿਆ ਬਾਕੀ ਹਨੇਰਾ ਹੀ ਹਨੇਰਾ ਵਾ ਹੋਰ ਇਹਦੇ ਵਿੱਚ ਕੋਈ ਸੈੱਲ ਨਹੀਂ ਕੋਈ ਬੈਟਰੀ ਨਹੀਂ ਸਿਰਫ ਰੇਡੀਅਮ ਕੋਟਿੰਗ ਹੋਈ ਕਰਕੇ ਆਏ ਅਤੇ ਕਿੰਨੇ ਰੁਪਏ ਦਾ 1000 ਰੁਪਏ ਦੇ ਆਸ ਪਾਸ ਇਹ ਹੈਲਮਟ ਮਤਲਬ ਕਿ ਸੇਫਟੀ ਵਜੋਂ ਵਰਤਦੇ ਆ ਜਾਂ ਜਿਵੇਂ ਮੋਟਰਸਾਈਕਲ ਵਾਲੇ ਵਾਸਤੇ ਆ ਇਹ ਸੇਫਟੀ ਵਜੋਂ ਆ ਇਹ ਹੁੰਦਾ ਪਾਇਲਟਾਂ ਦਾ ਟਾਈਪ ਅੱਛਾ ਜਿਹਨੇ ਆ ਲੈ ਕੇ ਨਹੀਂ ਜਾਂਦੇ ਛੋਟੀਆਂ ਲਾਈਫ ਬੋਟ ਹਾਂ ਹਾਂ ਸਮੁੰਦਰ ਦੇ ਵਿੱਚ ਉਹਨਾਂ ਲਈ ਤਾਂ ਕਿ ਉਹਨਾਂ ਤੇ ਜਦੋਂ ਦੂਰੋਂ ਵੀ ਕਿਤੋਂ ਲੇਟ ਵਜੇ ਤਾਂ ਉਹ ਦੂਰੋਂ ਚੌਂਕ ਹੀ ਜਾਣ ਕੁਛ ਇੱਥੇ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਕਹਿਣ ਨੂੰ ਆਪਾਂ ਦੀਵਾਰ ਘੜੀ ਕਹਿ ਸਕਦੇ ਹਾਂ ਟਾਈਮ ਪੀਸ ਵੀ ਕਹਿ ਸਕਦੇ ਹਾਂ ਅਸਲ ਦੇ ਵਿੱਚ ਇੱਥੇ ਤੁਸੀਂ ਵੇਖੋ ਕਿ ਕਾਫੀ ਵਧੀਆ ਇਹ ਦੇਖਣ ਨੂੰ ਵੀ ਬਹੁਤ ਸੋਹਣੇ ਆ ਪਿਆਰੇ ਆ ਅਸਲ ਦੇ ਵਿੱਚ ਇਹ ਹੁੰਦੇ ਆ ਜੀ ਸਲੈਬ ਕਲੋਕ ਕਿਉਂਕਿ ਇਹਦਾ ਜਿੰਨਾ ਵੀ ਕੰਟਰੋਲ ਆ ਜਹਾਜ਼ ਦੇ ਕੈਪਟਨ ਕੋਲੇ ਹੁੰਦਾ ਮੰਨ ਕੇ ਚੱਲੋ ਵੀ ਆਪਣੇ ਇੰਡੀਆ ਤੋਂ ਜਹਾਜ਼ ਪਾਕਿਸਤਾਨ ਗਿਆ ਅਤੇ ਆਪਣੇ ਜੋ ਟਾਈਮ ਆ ਪਲੱਸ 5:30 ਆ ਅਤੇ ਜਦੋਂ ਪਾਕਿਸਤਾਨ ਜਾਵੇਗਾ ਉਦੋਂ ਪਲੱਸ 5 ਰਹਿ ਜਾਵੇਗਾ ਟਾਈਮ ਅਤੇ ਕਿਉਂਕਿ ਅੱਧਾ ਘੰਟਾ ਆਪਣੇ ਤੋਂ ਪਿੱਛੇ ਹੈ ਨਾ ਪਾਕਿਸਤਾਨ ਅਤੇ ਉਦੋਂ ਫਿਰ
ਜਿਹੜਾ ਕੰਟਰੋਲ ਆ ਇਹਦਾ ਕੈਪਟਨ ਕੋਲ, ਉਹਨੇ ਉੱਥੇ ਪਾਕਿਸਤਾਨ ਦੇ ਟਾਈਮ ਦੇ ਹਿਸਾਬ ਦੇ ਨਾਲ ਇਹਦਾ ਜੋ ਟਾਈਮ ਜੋਨ ਆ ਸੈੱਟ ਕਰ ਦੇਣਾ, ਅਤੇ ਆਟੋਮੈਟਿਕਲੀ ਜੋ ਘੜੀਆਂ ਅੱਧਾ ਘੰਟਾ ਪਿੱਛੇ ਹੋ ਜਾਣਗੀਆਂ। ਅਤੇ ਇਹ ਵੈਸੇ ਸ਼ੋ ਪੀਸ ਹੀ ਆ, ਕੁਛ ਲੋਕ ਇਹਦੇ ਵਿੱਚ ਮਸ਼ੀਨ ਕੱਸ ਕੇ ਅਤੇ ਦੂਸਰੀ ਮਸ਼ੀਨ ਕੱਸ ਕੇ ਵੀ ਇਹਨੂੰ ਇਸ ਤਰ੍ਹਾਂ ਲਗਾ ਸਕਦੇ ਆ, ਵੇਖਣ ਨੂੰ ਕਾਫੀ ਵਧੀਆ ਲੱਗਦਾ, ਲੁੱਕ ਵਾਈਜ਼ ਵਗੈਰਾ ਵਿੰਟੇਜ ਲੁੱਕ ਆ। ਇੱਕ ਇੱਥੇ ਤੁਹਾਨੂੰ ਹੋਰ ਚੀਜ਼ ਦਿਖਾਉਣੀ ਆਪਾਂ, ਜਿਹਨੂੰ ਆਪਾਂ ਕਹਿੰਦੇ ਲਾਸ, ਮੋਟੀ ਲਾਸ, ਹਾਲਾਂਕਿ ਇਹਦਾ ਵਜ਼ਨ ਘੱਟ ਆ, ਇਹ ਨਾਈਲੋਨ ਦੀ ਆ, ਪਿਓਰ ਨਾਈਲੋਨ। ਇਹ ਕੀ ਹਿਸਾਬ ਨਾਲ ਤੋਲ ਕੇ ਦਿੰਦੇ ਆ ਜੀ, ਕਿ ਮਤਲਬ ਕਿ ਲੈਂਥ ਹੁੰਦੀ ਪੂਰੀ? 200 ਰੁਪਏ ਕਿਲੋ। ਕਿੰਨੀ ਘੱਟੋ ਘੱਟ ਦਿੰਦੇ ਤੁਸੀਂ? ਜਿੰਨੀ ਮਰਜ਼ੀ ਬਣਾ ਲਓ, ਭਾਵੇਂ ਸਾਡੇ ਤੋਂ 2 ਮੀਟਰ ਲੈ ਲਓ। ਅੱਛਾ, ਜਿੰਨੀ ਵੀ ਤੁਸੀਂ ਮਰਜ਼ੀ ਲੈ ਸਕਦੇ ਹੋ, ਇਹ ਕਿਲੋ ਦੇ ਹਿਸਾਬ ਦੇ ਨਾਲ ਆ, 200 ਰੁਪਏ ਕਿਲੋ। ਡਿਜ਼ਾਈਨ ਹੀ ਪੁਰਾਣਾ ਹੋ ਸਕਦਾ ਅੱਜ? ਹਾਂ, ਸਾਈਜ਼ ਜੇ ਤੁਸੀਂ ਵੇਖਿਓ ਤਾਂ ਅੰਦਾਜ਼ਾ ਆਪਾਂ ਕਹਿ ਸਕਦੇ 1.5 ਇੰਚੀ ਪਾਈਪ ਜਿੰਨਾ ਮੋਟਾ, ਇੰਨਾ ਕੁ ਸਾਈਜ਼ ਆ ਦਾ। ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣਾ, ਆ ਜੀ ਡਾਂਗਰੀ ਕਹਿ ਦਿੰਦੇ ਉਹਨੂੰ, ਜਿਵੇਂ ਜਿਹਦੇ ਕਿਸੇ ਨੇ ਖੇਤ ਵਗੈਰਾ ਜਾਣਾ ਹੈ ਨਾ, ਅੱਜ ਕੱਲ੍ਹ ਸਰਦੀਆਂ ਦੇ ਮੌਸਮ ਦੇ ਵਿੱਚ ਬਹੁਤ ਵਧੀਆ ਚੀਜ਼ ਆ, ਜਾਂ ਕੋਈ ਡੈਰੀ ਫਾਰਮਿੰਗ ਆ, ਉਹ ਪੈਂਟ 'ਤੇ ਜੋ ਵੀ ਇਹਦਾ ਝੱਗਾ ਜਿਹਾ ਵਿੱਚੇ ਬਣਿਆ ਹੋਇਆ, ਇੱਥੇ ਇਹਦੀ ਕੀਮਤ ਵੀ ਸਾਰੀ 500 ਰੁਪਏ ਹੀ ਆ, 500 ਰੁਪਏ ਦਾ ਕੰਪਲੀਟ ਸੂਟ ਆ, ਪਿੱਛੇ ਜੇਬਾਂ, ਅੱਗੇ ਜੇਬਾਂ, ਜਿੱਥੇ ਮਰਜ਼ੀ ਮੋਬਾਈਲ ਡਾਈ ਚੱਲੋ, ਜੇ 4 ਪਰੌਂਠੇ ਲਿਜਾਣੇ ਉਹ ਵੀ ਇੱਥੇ ਜੇਬ ਦੇ ਵਿੱਚ ਪਾ ਕੇ ਲੈ ਜਾਓ, ਚਾਹ ਵਾਲੀ ਥਰਮੋਸ ਲੈ ਜਾਓ, ਹੈ ਨਾ, ਖੇਤ ਵਗੈਰਾ ਦਾ ਕੰਮ ਨੂੰ ਵਧੀਆ, ਜਿਹਨੇ ਸਵੇਰੇ ਦੁੱਧ ਪਾਉਣਾ ਉਹਦੇ ਵਾਸਤੇ ਵੀ ਵਧੀਆ, ਜਿਹਨੇ ਪਾਣੀ ਲਾਉਣਾ, ਮੀਂਹ ਕਣੀ ਤੁਰੇ ਫਿਰਨਾ ਮਾੜਾ ਮੋਟਾ, ਇਹ ਵੀ ਸ਼ਿਪ ਦਾ ਹੀ ਆ। ਅਤੇ ਇੱਕ ਤੁਹਾਨੂੰ ਹੋਰ ਵਿਖਾਉਣਾ, ਪੁਰਾਣੇ ਨਹੀਂ ਆ, ਦੇਖਿਓ ਇੱਥੇ ਬੰਦ ਹੀ ਪਏ ਆ ਮਿਠਾਪੇ, ਉਵੇਂ ਜਾਣੀ ਆਪਾਂ ਕਹਿ ਦਿਓ ਵੀ ਆਹ ਮੈਂ ਹੀ ਖੋਲਿਆ ਲਿਫਾਫਾ, ਆਹ ਮੋਟੇ ਬੰਦੇ ਦਾ ਆ ਗਿਆ, ਇਹ ਸਾਈਜ਼ XL M XXL ਠੀਕ ਹੈ, ਔਰ ਬਹੁਤ ਸੋਹਣੀ ਚੀਜ਼ ਆ, 1XL ਆ, ਅਤੇ 5 ਇਹਦੀ ਕੀਮਤ XL 'ਚ 500 ਆ ਸਾਰਿਆਂ ਦੀ, ਠੀਕ ਆ। ਇੱਧਰ ਆ ਗਏ ਜੀ, ਪੈਗ ਸ਼ੈਗ ਲਾਉਣਾ ਹਲੇ ਵਾਸਤੇ, ਗਲਾਸੀਆਂ, ਗਲਾਸ ਇਹ ਕੱਚ ਦੇ ਆ, ਪਰ ਵਜ਼ਨ ਇਹਨਾਂ ਦਾ ਬਹੁਤ ਘੱਟ ਆ, ਕਾਫੀ ਘੱਟ ਵਜ਼ਨ ਆ, ਅਲੱਗ ਅਲੱਗ ਡਿਜ਼ਾਇਨ, ਕਿਉਂਕਿ ਸਾਰੇ ਸ਼ਿਪ ਦੇ ਹੀ ਆ, ਜਿਵੇਂ ਡਿਜ਼ਾਇਨ ਤੁਸੀਂ ਵੇਖ ਸਕਦੇ ਹੋ, ਬਾਕੀ ਵਜ਼ਨ ਵੀ ਘੱਟ ਆ, ਨਹੀਂ ਜੇ ਆਪਾਂ ਕੱਚ ਦਾ ਗਲਾਸ ਚੱਕਦੇ ਨਾ ਉਹਦਾ ਵਜ਼ਨ ਬਹੁਤ ਜ਼ਿਆਦਾ ਹੁੰਦਾ, ਔਰ ਇਹਦੀ ਸ਼ੇਪ ਤੁਸੀਂ ਵੇਖੋ, ਇਹ ਕੀ ਹਿਸਾਬ ਨਾਲ ਫਿਰ ਹੁੰਦੇ ਆ ਜੀ? 50 ਰੁਪਏ ਦਾ ਗਲਾਸ ਆ ਜੀ, ਆਹ ਟਕੀਲਾ ਸ਼ੋਟ ਆ ਗਿਆ ਜੀ, ਖੈਰ ਮੈਨੂੰ ਤਾਂ ਪੁੱਛ ਕੇ ਦੱਸਿਆ, ਮੈਨੂੰ ਨਹੀਂ ਇਹਦੇ ਬਾਰੇ ਪਤਾ ਸੀਗਾ। ਇਸੇ ਤਰ੍ਹਾਂ ਹੀ ਇੱਧਰ ਚਾਦਰਾਂ ਵਗੈਰਾ ਹੈਗੀਆਂ, ਤੌਲੀਏ ਆ, ਕੁਛ ਰਿਮੋਟ ਆ, ਜਿਵੇਂ ਕਿ ਸੈਟ ਆਫ ਬਾਕਸ ਦੇ ਹੁੰਦੇ ਹੋਣਗੇ, ਉਹਦੇ ਵਿੱਚ ਜਹਾਜ਼ ਦੇ ਵਿੱਚ ਲੱਗੇ ਹੋਏ ਟੀਵੀ ਵਗੈਰਾ, ਇਹ ਉਹਨਾਂ ਦੇ ਰਿਮੋਟ ਹੈਗੇ ਆ। ਇੱਥੇ ਮੈਂ ਤੁਹਾਨੂੰ ਦਿਖਾਉਣ ਲੱਗਾ ਜੀ ਟੋਚਨ, ਜੋ ਵੀ ਜ਼ਿਮੀਂਦਾਰਾਂ ਕੰਮ ਆ, ਸਭ ਤੋਂ ਜ਼ਿਆਦਾ ਆਹ ਟੋਚਨ ਦੀ ਜ਼ਰੂਰਤ ਰਹਿੰਦੀ ਆ, ਟਰੈਕਟਰ ਦੇ ਵਿੱਚ ਕਦੋਂ ਕੱਦੂ ਦੇ ਵਿੱਚ ਖੁੱਭ ਗਿਆ, ਕਦੇ ਕਿਤੇ ਕੋਈ ਵੱਟ 'ਤੇ, ਹੈ ਨਾ, ਕਿਤੇ ਵੀ, ਉਹਦੇ ਲਈ ਆ ਸਭ ਤੋਂ ਵਧੀਆ ਟੋਚਨ ਆ ਜੀ, ਹੈ ਲੋਹੇ ਦਾ, ਪਰ ਤੁਹਾਨੂੰ ਦੇਖਣ ਨੂੰ ਜਿਵੇਂ ਵੀਡੀਓ ਵਿੱਚ ਵੇਖ ਸਕਦੇ ਹੋ, ਸਟੀਲ ਦੀ ਤਾਰ ਵਾਂਗੂ ਲੱਗਦਾ, ਅਤੇ ਕਦੇ ਵੀ ਨਹੀਂ ਟੁੱਟੇਗਾ। ਇਹ ਕੀਮਤ ਸਾਰੀ ਇਹਦੀ 800 ਰੁਪਏ ਦੇ ਆਸ ਪਾਸ ਆ, ਕੰਪਲੀਟ ਬਣਿਆ ਵਾ, ਇਹਨਾਂ ਦਾ ਐਡਰੈਸ ਆ ਜੀ, ਤੁਸੀਂ ਇੱਥੇ ਆ ਕੇ ਲੈ ਸਕਦੇ ਹੋ। ਬਾਕੀ ਹੋਰ ਵੀ ਸਮਾਨ ਆਪਾਂ ਗਡਾਊਨ ਦੇ ਵਿੱਚ ਚੱਲਦੇ ਹਾਂ, ਆਜੋ ਤੁਹਾਨੂੰ ਹੁਣ ਹੋਰ ਦਿਖਾਉਂਦੇ ਹਾਂ ਸਮਾਨ।
ਜਿਵੇਂ ਕਿ ਆਪਾਂ ਪਹਿਲਾਂ ਗੱਲ ਕੀਤੀ ਸੀ, ਸਭ ਤੋਂ ਪਹਿਲਾਂ ਆਪਾਂ ਰੱਸੇ ਦੀ ਗੱਲ ਹੀ ਕਰਦੇ ਹਾਂ, ਮੋਟੇ ਹੀ ਲਾਸ ਦੀ 200 ਰੁਪਏ ਕਿਲੋ। ਜਿਵੇਂ ਤਾਂ ਆਪਾਂ ਪਹਿਲਾਂ ਦੱਸਿਆ ਕਿ ਤਕਰੀਬਨ 1.5 ਇੰਚ ਮੋਟੀ ਹੈ, ਅਤੇ ਆਪਾਂ ਨੂੰ ਜਿੰਨੀ ਵੀ ਚਾਹੀਦੀ ਹੈ 200 ਰੁਪਏ ਕਿਲੋ ਦੇ ਹਿਸਾਬ ਨਾਲ ਇਹ ਮਿਲ ਜਾਵੇਗੀ। ਅੱਜ ਤੁਹਾਨੂੰ ਦਿਖਾਉਂਦੇ ਹਾਂ ਜਹਾਜ਼ ਦੇ ਸੰਗਲ। ਇਹ ਜਿੱਡਾ ਮਰਜ਼ੀ ਲੰਬਾ ਲੈ ਲਓ, ਜਿੱਡੀ ਮਰਜ਼ੀ ਸਾਈਜ਼ ਲੈ ਲਓ। ਇਹ ਕੀ ਰੇਟ ਹੋਵੇਗਾ ਅੰਦਾਜ਼ਾ? 140 ਰੁਪਏ। ਜਿੰਨੇ ਵੀ ਅਲੱਗ ਅਲੱਗ ਸਾਈਜ਼ ਦੇ ਰੇਟ ਇੱਕ ਹੀ, ਅਲੱਗ ਸਾਰਿਆਂ ਦਾ ਰੇਟ ਇੱਕ ਹੀ ਆ। ਚਾਹੇ ਆਪਾਂ ਆਹ ਸਾਈਜ਼ ਲੈ ਲਓ, ਆਹ ਲੈ ਲਓ, ਆਹ ਲੈ ਲਓ, ਅਲੱਗ ਅਲੱਗ ਸਾਈਜ਼ ਪਏ ਇੱਥੇ, ਹੈ ਨਾ। ਆਹ ਮੋਟੇ ਸੰਗਲਾਂ, ਅਤੇ ਆਹ ਫਿਰ ਆਪਣਾ ਉਹ ਆ ਗਿਆ ਜਿਹਨੂੰ ਆਪਾਂ ਕਹਿ ਦਈਏ ਵੀ ਖਿੱਚ। ਇਹ ਸਾਰਾ ਸੰਗਲ ਆ, ਆਹ ਥੋੜ੍ਹੀ ਮੋਟੀ ਤਾਰ ਆ ਗਈ, ਉਸ ਤੋਂ ਮੋਟੀ ਆ ਗਈ, ਇਹ ਵੀ ਮੋਟੀ ਆ ਗਈ। ਔਰ ਪਤਾ ਨਹੀਂ ਕੀ ਹੈ, ਆਵਾਜ਼ ਭੈੜੀ ਹੈ। ਇਸ ਸਾਈਡ 'ਤੇ ਜਿਹੜਾ ਬਾਥਰੂਮ ਦੇ ਵਿੱਚ ਲਾਉਣੇ ਹੁੰਦੇ ਆਪਾਂ ਟੱਬ ਨਹਾਉਣ ਵਾਸਤੇ, ਟੱਬ ਵੀ ਪਏ ਆ, ਇਹ ਵੀ ਜਹਾਜ਼ ਵਾਲੇ ਹੀ ਆ। ਇਸੇ ਤਰ੍ਹਾਂ ਇੱਕ ਇਹ ਬਲੋਰ ਆ, ਮਤਲਬ ਕਿ ਕੁਛ ਇਹੋ ਜਿਹੀਆਂ ਆਈਟਮਾਂ ਜਿਹੜੀਆਂ ਆਪਾਂ ਕਿਤੇ ਨਾ ਕਿਤੇ ਜੁਗਾੜ ਵਜੋਂ ਫਿੱਟ ਕਰ ਸਕਦੇ ਹਾਂ। ਬੈਂਚ ਵਾਈਸ ਆ ਗਈ, ਇਹਦੀ ਕੀਮਤ ਇੱਥੇ ਲਿਖੀ ਹੋਈ ਆ 6000 ਰੁਪਇਆ। ਇਹ ਮੇਡ ਇਨ ਇੰਗਲੈਂਡ ਜਾਂ ਮੇਡ ਇਨ USA ਹੋਵੇਗੀ, ਕਿਉਂਕਿ ਜਿੰਨੀਆਂ ਵੀ ਇਹ ਸਾਰੀਆਂ ਬਾਂਕ ਆ, ਇਹ ਸਾਰੀਆਂ ਬਾਹਰਲੀਆਂ। ਆਹ ਵੇਖੋ, ਇੱਥੇ ਤੁਹਾਨੂੰ ਦਿਖਾਉਣਾ ਮੈਂ, ਮੇਡ ਇਨ ਇੰਗਲੈਂਡ ਆ ਜੀ ਆਹ ਵਾਲੀ ਬਾਂਕ, ਮੇਡ ਇਨ ਇੰਗਲੈਂਡ, ਅਤੇ ਇਹਦੀ ਕੀਮਤ 6200 ਰੁਪਇਆ। ਇਹ ਵੀ ਬਾਹਰਲੀ ਇਸੇ ਤਰ੍ਹਾਂ ਹੀ। ਅਤੇ ਜਿਹਨੂੰ ਆਪਾਂ ਆਇਰਨ ਕਹਿ ਦਿੰਦੇ ਹਾਂ, ਲੋਹਾ ਕੁੱਟਣ ਵਾਲੇ ਮਚਾਕ, ਉਹ ਵੀ ਇੱਥੇ ਪਏ ਆ। ਜੋ ਲੋਕ ਲੁਹਾਰ ਦਾ ਕੰਮ ਕਰਦੇ ਆ, ਲੋਹਾ ਕੁੱਟਣ ਦਾ ਕੰਮ ਕਰਦੇ ਆ, ਉਹਨਾਂ ਲਈ ਆਹ ਵਾਲੇ ਮਚਾਕ ਆ ਜੀ। ਉਸ ਤੋਂ ਬਾਅਦ ਆ ਗਏ ਜੀ ਡੋਰ ਕਲੋਜ਼ਰ, ਆਹ ਵਾਲੇ। ਇਹ ਸਾਰੇ ਮੇਡ ਇਨ ਜਰਮਨੀ, ਇੰਗਲੈਂਡ, USA, ਬਾਹਰਲੀਆਂ ਕੰਪਨੀਆਂ ਦੇ। ਔਰ ਇਹਦਾ ਇੱਕ ਹੋਰ ਆ ਵੀ ਤੁਸੀਂ ਇਹ ਜੇ ਮਾੜੇ ਦਰਵਾਜ਼ੇ ਨੂੰ ਲਾਤਾ ਤਾਂ ਦਰਵਾਜ਼ਾ ਤੁਹਾਡਾ ਕਬਜ਼ੇ ਪੱਟ ਸਕਦਾ ਹੈ। ਇਹਦੇ ਲਈ ਇਹ ਤੂੰ ਛੋਟੇ ਵੀ ਮਿਲ ਜਾਂਦੇ ਆ, ਨਹੀਂ ਗੱਲ ਕੀ 3 ਸਾਲ ਦੀ ਗਰੰਟੀ ਦੇ ਨਾਲ ਕਿੰਨੇ ਰੁਪਏ ਦਾ? 600 ਦਾ ਸਾਈਜ਼, 400, 600 ਅਤੇ 800। ਇਹਦੇ ਵਿੱਚ ਤੁਹਾਨੂੰ 400, 600 ਅਤੇ 800 ਰੁਪਏ ਦਾ ਮਿਲੂਗਾ। ਜੇ ਆਪਾਂ ਬਾਜ਼ਾਰ ਦੇ ਵਿੱਚੋਂ ਆਹ ਲਵਾਂਗੇ ਤਾਂ ਮੇਰੇ ਖਿਆਲ ਦੇ ਨਾਲ 2500 ਦਾ ਨਹੀਂ ਮਿਲਣਾ ਜੀ। ਤੁਸੀਂ ਵੇਖ ਸਕਦੇ ਹੋ ਕਿ ਵੱਡੇ ਦਰਵਾਜ਼ਿਆਂ ਦੇ ਨਾਲ ਹੀ ਇਹ ਆਪਾਂ ਲਾ ਸਕਦੇ ਹਾਂ। ਇਸੇ ਤਰ੍ਹਾਂ ਹੀ ਇਹ ਵਾਲੀਆਂ ਕੁਛ ਹੁੱਕ, ਅਤੇ ਇਹ ਵਾਲੇ ਉਹ ਮੈਂ ਜਿਵੇਂ ਪਹਿਲਾਂ ਦਿਖਾ ਚੁੱਕਿਆ ਕਿ ਬਾਥਰੂਮ ਦੇ ਵਿੱਚ ਟੱਬ, ਇਹ ਵੀ ਛਿਪਦੇ ਹੀ ਆ। 4000 ਰੁਪਏ ਦਾ ਟੱਬ ਆ ਇਹ। ਔਰ ਮਟੀਰੀਅਲ ਇਹ ਕੀ ਆ? ਔਰ ਸਿਰਾਮਿਕ ਚੀਨੀ ਦਾ ਨਹੀਂ, ਇਹ ਲੋਹੇ ਦਾ, ਸਪੈਸ਼ਲ ਲੋਹਾ ਜਿਹੜਾ ਵੀ ਉਹ ਸਟੀਲ ਕਹਿ ਦਈਏ। ਉਸ ਤੋਂ ਅੱਗੇ ਆਪਾਂ ਚੱਲਦੇ ਹਾਂ, ਜਿਵੇਂ ਆਹ ਤੁਹਾਨੂੰ ਮੈਂ ਦਿਖਾਇਆ ਪਹਿਲਾਂ ਡੋਰ ਕਲੋਜ਼ਰ, ਇਹ ਉਹਦੇ ਨਾਲ ਉਵੇਂ ਵੱਡਾ। ਡੋਰ ਕਲੋਜ਼ਰ ਤੁਹਾਨੂੰ ਸਭ ਤੋਂ ਜ਼ਿਆਦਾ ਮਿਲ ਜਾਣਾ, ਕਿਉਂਕਿ ਸਭ ਤੋਂ ਜੋ ਪ੍ਰੋਬਲਮ ਆਉਂਦੀ ਡੋਰ ਕਲੋਜ਼ਰ ਦੀ ਆਉਂਦੀ ਆਪਾਂ ਨੂੰ, ਜਦੋਂ ਆਪਾਂ ਬਾਜ਼ਾਰ ਦੇ ਵਿੱਚੋਂ ਡੋਰ ਕਲੋਜ਼ਰ ਲਿਆਉਂਦੇ ਨਾ, ਉਹ ਤਕਰੀਬਨ ਸਾਲ ਕੁ ਵਜੇ ਦੀ ਲੀਕ ਹੋ ਜਾਂਦਾ।
ਇਹ 3 ਸਾਲ ਦੀ ਗਰੰਟੀ ਦਿੰਦੇ ਆ ਤੇ ਰੇਟ ਇਹਦਾ ਸਾਰਾ 400-600 ਤੇ 800 ਆ ਸਾਈਜ਼ ਦੇ ਹਿਸਾਬ ਦੇ ਨਾਲ। ਇਸ ਤੋਂ ਬਾਅਦ ਆ ਗਏ ਜੀ ਇੰਸੂਲੇਟਰ। ਜਿਵੇਂ ਕਿ ਇਹ ਆਪਣੇ ਕਿਸ ਕੰਮ ਆ ਸਕਦੇ ਮੈਂ ਤੁਹਾਨੂੰ ਦੱਸਦਾ ਵੀ ਮੰਨ ਲਓ ਆਪਾਂ ਕੋਈ ਕੱਪੜੇ ਟੰਗਣ ਵਾਲੀ ਤਣੀ ਪਾਉਣੀ ਆ ਨਾ, ਜਦੋਂ ਕਈ ਵਾਰੀ ਉਹਦੇ ਵਿੱਚ ਕਰੰਟ ਆ ਜਾਂਦਾ, ਕੁਛ ਕਈ ਵਾਰੀ ਕੁਛ ਹਾਦਸੇ ਵੀ ਹੋ ਜਾਂਦੇ ਆ, ਉੱਥੇ ਤੁਸੀਂ ਇਹ ਵਾਲੀ ਵਰਤ ਸਕਦੇ ਆ ਜੀ, ਆਹ ਵਾਲਾ ਇੰਸੂਲੇਟਰ। ਜ਼ਿਆਦਾ ਹਾਈ ਵੋਲਟੇਜ ਦੇ ਨਾਲ ਸੇਫਟੀ ਦੇ ਵਜੋਂ ਤੁਸੀਂ ਇਹ ਵਰਤ ਸਕਦੇ ਆ, ਹੋਰ ਵੀ ਕਿਤੇ ਵਰਤ ਸਕਦੇ ਆ ਜਿੱਥੇ ਕਰੰਟ ਵਗੈਰਾ ਦਾ ਕੰਮ ਹੋਵੇ। ਆਹ ਚਾਬੀ ਵਗੈਰਾ 5 ਜੀ, ਜਿਹੜਾ ਵੀ ਸਾਈਜ਼ ਤੁਹਾਨੂੰ ਸ਼ੂਟ ਕਰਦਾ ਉਹ ਤੁਸੀਂ ਇੱਥੋਂ ਲੈ ਸਕਦੇ ਆ। ਇਹਦੇ ਵਿੱਚ ਜ਼ਿਆਦਾ ਚਾਬੀਆਂ ਮੈਂ ਈਸਟਮੈਨ ਦੀਆਂ ਵੇਖ ਰਿਹਾ, ਅਤੇ ਇਹ ਵੀ ਈਸਟਮੈਨ ਹੀ ਆ, ਕਾਫੀ ਜ਼ਿਆਦਾ ਚਾਬੀਆਂ ਤਕਰੀਬਨ ਈਸਟਮੈਨ ਦਾ ਹੀ ਸਟਾਕ ਚੱਕਿਆ ਹੋਇਆ ਇਹਨਾਂ ਦਾ। ਇਸੇ ਤਰ੍ਹਾਂ ਆਹ ਵਾਲਾ ਗਰਾਈਂਡਰ, ਇਹ ਵਾਲਾ ਗਰਾਈਂਡਰ ਹੋ ਗਿਆ, ਅਤੇ ਸਪੈਸ਼ਲ ਥੌੜੀ ਕਈ ਵਾਰੀ ਨਾ ਹਨੇਰੇ ਦੇ ਵਿੱਚ ਕਈ ਵਾਰੀ ਕੋਈ ਆਪਾਂ ਕੰਮ ਵਗੈਰਾ ਕਰਨਾ ਹੁੰਦਾ ਅਤੇ ਉਦੋਂ ਆਪਾਂ ਟੈਂਪਰੇਰੀ ਆਹ ਚੀਜ਼ ਨੂੰ ਇੱਥੇ ਲਾ ਸਕਦੇ ਹਾਂ ਜੀ। ਲਾਈਟ ਇਹਦੇ ਵਿੱਚ ਟਿਊਬ ਲੱਗੀ ਹੋਈ ਆ, ਅਤੇ ਟੈਂਪਰੇਰੀ ਆਪਾਂ ਇੱਥੋਂ ਲਾਈਟ ਲਾਉਣੀ ਹੋਵੇ ਅਤੇ ਆਹ ਲਾਉਣ ਨੂੰ ਆਹ ਵਾਲਾ ਜਗਾੜ ਬਣਿਆ ਹੋਇਆ ਜੀ। ਕੁਛ ਤਰਪਾਲਾਂ ਵਗੈਰਾ ਵੀ ਇੱਥੇ ਹੈਗੀਆਂ, ਜਿਵੇਂ ਕਿ 18.5 ਕਿਲੋ ਦੀ ਇੱਥੇ 4100 ਰੁਪਏ ਦੀ ਆ, ਸਾਈਜ਼ ਨਹੀਂ ਮੈਨੂੰ ਇਹਦਾ ਪਤਾ ਪਰ ਵੇਟ ਇਹਦਾ ਇੰਨਾ ਹੈਗਾ। ਬਾਕੀ ਆ ਤੁਹਾਨੂੰ ਟੋਰਕ ਪਾਨਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਦਿਖਾਉਂਦੇ ਹਾਂ ਟੋਰਕ ਪਾਨਾ। ਇੱਥੇ ਗੋਟੀ ਦੇ ਨਾਲ ਇੱਥੇ ਗੋਟੀ ਵਗੈਰਾ ਲੱਗ ਕੇ, ਟਾਮੀ ਗੋਟੀ ਲੱਗ ਕੇ, ਅਤੇ ਇੱਥੋਂ ਜਿੰਨਾ ਵੀ ਆਪਾਂ ਇਹਦਾ ਟੋਰਕ ਸੈੱਟ ਕਰਨਾ ਸੈੱਟ ਕਰ ਸਕਦੇ ਹਾਂ। ਟੋਰਕ ਪਾਨਾ ਜੀ ਹੈ। ਆ ਛੋਟੀ ਜਿਹੀ ਚਾਬੀ ਆ ਜੀ 6-7 ਦੀ, ਨਿੱਕੀਆਂ ਨਿੱਕੀਆਂ ਚਾਬੀਆਂ, ਠੀਕ ਆ ਜੀ। ਅਤੇ ਆ ਜੋ ਅੱਗੇ ਵਿਖਾਉਣਾ, ਆਹ ਭਾਰ ਕੱਟਣ ਵਾਲਾ ਰੇ ਕਟਰ ਚੱਕਿਆ ਹੋਣੀ ਜਾਂਦਾ ਮੇਰੇ ਕੋਲ, ਇਹ ਵਾਲਾ ਵੇਖ ਸਕਦੇ ਹੋ। ਆਹ ਟਾਰਕ ਹੈਗਾ ਆਪਣਾ, ਟਾਰਕ ਰੰਚ ਦੇ ਵਿੱਚ ਗੋਟੀਆਂ ਲੱਗੀਆਂ ਹੋਈਆਂ ਪਹਿਲਾਂ ਹੀ। ਅਤੇ ਇਹ ਸਾਰੀਆਂ ਚਾਬੀਆਂ ਵੱਡੀਆਂ ਚਾਬੀਆਂ ਜੋ ਵੀ ਆ, ਨੰਬਰ ਦੀ ਚਾਬੀ ਆ ਜੀ। ਮੇਰੇ ਖਿਆਲ ਦਾ ਵੇਟ ਹੀ ਇਹਦਾ 7-8 ਕਿਲੋ ਹੋਊਗਾ, ਪਤਾ ਨਹੀਂ ਕਿੱਥੇ ਪੈਂਦੇ ਟੇਡੇ ਮੈਟ। ਆਹ ਸਾਰੇ ਪਏ ਆ ਆਪਣੇ ਜਿਹੜੇ ਸੀਗੇ ਤਾਰ ਕੱਟਣ ਵਾਲੇ ਕਟਰ ਦੇ। ਇੱਥੇ ਆਹ ਮੂਸ ਆ ਗਈ, ਅਲੱਗ ਅਲੱਗ ਸਾਈਜ਼ ਦੇ ਟੇਪ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਜੋ ਵੀ MM ਆ ਜਾਂ BSW ਚੂੜੀ ਆ ਜਾਂ ਆਪਣੀ US ਹੈ ਜਾਂ ਇਹ ਵਾਲੇ ਹੋ ਗਏ ਡਰੈਲ,
ਐਮਐਮ ਦੇ ਵਿੱਚ ਸੂਟਾਂ ਦੇ ਵਿੱਚ ਜੋ ਵੀ ਸਾਈਜ਼ ਚਾਹੀਦਾ ਇਹ ਵੀ ਸਾਰੇ ਫੜ ਲਏ। ਇਸ ਤੋਂ ਬਾਅਦ ਆ ਗਿਆ ਥੌੜਾ ਜੀ, ਮੇਰੇ ਖਿਆਲ ਨਾਲ ਕਢਿਆਲ ਤੇ ਠੋਕਦੇ ਹੋਣਗੇ, ਉਹ ਸਾਈਜ਼ ਦਾ ਹੋਊਗਾ ਥੋੜਾ, ਲੱਕੜ ਦਾ ਬਣਿਆ ਹੋਇਆ, ਪਾਸੇ ਦੇ ਰਿੰਗ ਚੜਿਆ ਹੋਇਆ ਵੀ ਪਾਟੇ ਦਾ, ਪਤਾ ਨਹੀਂ ਪਤੰਦਰ ਕੀ ਕੁਛ ਚੱਕੀ ਆਉਂਦੇ। ਆਹ ਵਾਲੇ ਟੈਲੀਫੋਨ ਆਪਾਂ ਪਹਿਲਾਂ ਦੇਖਦੇ ਹੁੰਦੇ ਸੀਗੇ, ਮੈਂ ਬਹੁਤ ਸਮਾਂ ਆਹ ਵਾਲਾ ਫੋਨ ਲੱਭਿਆ ਪਰ ਮੈਨੂੰ ਪਹਿਲਾਂ ਨਹੀਂ ਮਿਲਿਆ, ਪੁਰਾਣੀਆਂ ਫਿਲਮਾਂ ਦੇ ਵਿੱਚ ਵੇਹਦੇ ਹੁੰਦੇ ਸੀਗੇ। ਹੈਲੋ ਪੁਲਿਸ ਸਟੇਸ਼ਨ ਇੱਕ ਆਹ ਬਲਾ ਤੁਹਾਨੂੰ ਵਿਖਾਉਂਦੇ ਆ, ਵੈਸੇ ਸ਼ਾਇਦ ਕਿਸੇ ਤੁਸੀਂ ਵੀਡੀਓ ਦੇ ਵਿੱਚ ਵੇਖਿਆ ਹੋਵੇ, ਇਹ ਹਵਾ 'ਤੇ ਚੱਲਦੀ ਹੁੰਦੀ ਆ ਪ੍ਰੈਸ਼ਰ 'ਤੇ, ਇਹਦੇ ਵਿੱਚ ਆਹ ਰੋੜਾਂ ਪਈਆਂ ਹੋਈਆਂ, ਰੰਗ ਵਗੈਰਾ ਪੱਟਣ ਨੂੰ ਇਹ ਚੀਜ਼ ਹੁੰਦੀ ਆ, ਇੱਥੇ ਵਾਈਬ੍ਰੇਸ਼ਨ ਕਰਦੀ ਹੁੰਦੀ, ਐਂ ਲਾਈ ਜਾਂਦਾ ਹੁੰਦਾ ਇਹਨੇ, ਐਂ ਰੰਗ ਪੱਟੀ ਜਾਂਦਾ ਹੁੰਦਾ, ਜਾਂ ਜਗਾਲ ਆ ਮੋਟਾ ਰੰਗ ਆ ਜਗਾਲ ਆ, ਇਹ ਇਹ ਸਾਫ਼ ਕਰਨ ਵਾਸਤੇ ਹੈ। ਇਸੇ ਤਰ੍ਹਾਂ ਰੈਪਟ ਗਨ ਆ ਗਈ, ਇਹਦੇ ਬਾਰੇ ਤਾਂ ਅੱਜ ਕੱਲ੍ਹ ਹਰੇਕ ਜਾਣੂ ਆ, ਕਿਉਂਕਿ ਜਿਹਦੇ ਕੋਲ ਵੀ ਕੋਈ ਸਾਧਨ ਆ, ਜਦੋਂ ਸਰਕਾਰੀ ਨੰਬਰ ਪਲੇਟ ਲਵਾਉਣ ਜਾਂਦਾ ਤਾਂ ਉਦੋਂ ਆਹ ਰੈਪਟ ਗਨ ਉੱਥੇ ਹੁੰਦੀ ਹੁੰਦੀ ਆ। ਇਹਦੇ ਵਿੱਚੋਂ ਤਕਰੀਬਨ ਤੁਸੀਂ ਆਪ ਸਹੀ ਵੇਖ ਕੇ ਸਮਾਨ ਲੈ ਜਾਣਾ, ਬਾਕੀ ਗਰੰਟੀ ਦੇ ਦਿੰਦੇ ਆ, ਦੱਸ ਦਿੰਦੇ ਆ ਸਮਾਨ ਚੱਲਣ ਵਾਲਾ ਜਾਂ ਨਹੀਂ ਚੱਲਣ ਵਾਲਾ। ਅਤੇ ਇਸੇ ਤਰ੍ਹਾਂ ਹੀ ਆਹ ਨਿੱਕੀਆਂ ਨਿੱਕੀਆਂ ਗੋਟੀਆਂ ਪਈਆਂ ਇੱਥੇ, 50 ਕੁ ਨੰਬਰ ਦੀ ਆ, 50 ਐਮ ਐਮ। ਕੁਛ ਆਈਟਮਾਂ ਜਿਹੜੀਆਂ ਤੁਹਾਨੂੰ ਨਹੀਂ ਮਿਲਦੀਆਂ ਉਹ ਤੁਸੀਂ ਇੱਥੇ ਟਰਾਈ ਕਰ ਸਕਦੇ ਹੋ। ਆਹ ਬਕਸਾ ਬਲਾ ਵਧੀਆ ਪਰ ਇਹਦੇ ਵਿੱਚੋਂ ਮੈਨੂੰ ਹੈ ਖਾਲੀ ਲੱਗਦਾ, ਆਪਾਂ ਇੱਥੇ ਰੱਖ ਕੇ ਦੇਣੇ ਆ। ਹਾਂਜੀ ਸਾਫ ਆ ਜੀ, ਫਲੱਡ ਲਾਈਟ ਜਿਹਦੇ ਵਿੱਚ ਕਿ 3 ਬੱਲਬ ਲੱਗੇ ਆ, ਸ਼ਾਇਦ ਇਹ DC ਹੋਊਗੀ 12 ਜਾਂ 36 ਵੋਲਟ, ਕਿਉਂਕਿ ਆਮ 36 ਵੋਲਟ ਵਾਲਾ ਬੱਲਬ ਹੁੰਦਾ ਹੈ, ਜਾਂ 24 ਵੋਲਟ ਵੀ ਹੋ ਸਕਦੀ ਹੈ ਇਹ ਤਾਂ, ਕਿਉਂਕਿ ਇਹਦੇ 'ਤੇ ਕੋਈ ਨੰਬਰ ਪਲੇਟ ਨਹੀਂ ਲਿਖੀ ਹੋਈ, ਨਹੀਂ ਤਾਂ ਪਤਾ ਲੱਗ ਜਾਵੇ। ਇਸੇ ਤਰ੍ਹਾਂ ਇਹ ਵੀ ਪਈ ਆ ਫਲੱਡ ਲਾਈਟ, ਹਾਂ ਇਹਦੇ 'ਤੇ ਲਿਖਿਆ ਹੋਇਆ ਇਹ ਆ ਜੀ ਫਲੱਡ ਲਾਈਟ, 230 ਵੋਲਟ 'ਤੇ ਚੱਲਦੀ ਹੈ ਆਪਣੇ ਘਰ ਵਾਲੀ ਸਪਲਾਈ 'ਤੇ, 200 ਵਾਟ ਦੀ ਹੈ ਇਹ, 200 ਵਾਟ ਦੀ ਫਲੱਡ ਲਾਈਟ ਆ, 230 ਵੋਲਟ 'ਤੇ ਚੱਲਣ ਵਾਲੀ। ਇਹ ਵੀ ਹੋ ਗਈ, ਆਹ ਡੋਰ ਕਲੋਜ਼ਰ ਆ ਗਏ ਜੀ, ਜਿਵੇਂ ਮੈਂ ਪਹਿਲਾਂ ਦੱਸ ਚੁੱਕਿਆ ਕਿ ਬਾਹਰਲੇ ਹੁਣ ਇਹੋ ਜਿਹਾ ਆਪਾਂ ਕਦੇ ਨਹੀਂ ਦੇਖਿਆ ਡੋਰ ਕਲੋਜ਼ਰ ਗੋਲ ਜਿਹਾ। ਆ ਗਏ ਜੀ ਇੰਪੈਕਟ ਰੰਚ ਜਿਹੜੇ ਹਵਾ 'ਤੇ ਚੱਲਦੇ ਹੁੰਦੇ ਆ, ਜਿਹਨੂੰ ਆਪਾਂ ਕਹਿ ਦਈਏ ਵੀ ਹਵਾ 'ਤੇ ਚੱਲਣ ਵਾਲੀ ਗੋਟੀ ਕਾਮੀ, ਸਾਰੀ ਉਹੀ ਆ। ਆਹ ਕੁਛ ਹੋਰ ਆ ਬਾਰੇ ਨਹੀਂ ਮੈਨੂੰ ਪਤਾ, ਡਰੈਲ ਆ ਹਵਾ ਵਾਲੀ, ਮੰਨ ਲਓ ਵੀ ਜੇ ਆਪਣੇ ਹਵਾ ਦੀ ਟੈਂਕੀ ਲੱਗੀ ਆ ਤਾਂ ਲਾਓ ਅਤੇ ਡਰੈਲ ਦਾ ਕੰਮ ਵਧੀਆ ਦੇਊਗੀ ਨਜ਼ਾਰਾ। ਆਹ ਸਾਰੇ ਹਵਾ ਵਾਲੇ ਸਾਧਨ ਹੀ ਆ, ਆਹ ਬਿਜਲੀ ਵਾਲੇ ਹੈਗੇ, ਆਹ ਕੁਛ ਇਹਦੇ ਬੈਟਰੀ ਚਾਰਜਰ ਆ ਜਿਹੜੇ ਦਾ ਚਾਰਜ ਵਾਲੇ ਬੈਟਰੀ ਲਾ ਦੇ,
ਜਿਵੇਂ ਇਹ ਵਾਲੀ ਪਰੇ ਦੀ ਬੈਟਰੀ ਵਗੈਰਾ ਹੈ ਨਹੀਂ ਇੱਥੇ ਹੈ ਨਾ। ਹੁਣ ਆਪਾਂ ਤੁਹਾਨੂੰ ਵਿਖਾਉਣ ਲੱਗੇ ਛੋਟੀ ਜਿਹੀ ਫਰਿੱਜ ਸ਼ਾਰਪ ਕੰਪਨੀ ਦੀ ਆ ਸ਼ਾਰਪ, ਅਤੇ ਆਹ ਦਿਖਾਉਂਦੇ ਤੁਹਾਨੂੰ ਐਡੀ ਫਰਿੱਜ ਮੈਂ ਤਾਂ ਜ਼ਿੰਦਗੀ 'ਚ ਕਦੇ ਦੇਖੀ ਨਹੀਂ। ਉੱਪਰ ਫਰਿੱਜਰ ਬਣਿਆ ਹੋਇਆ, ਆਏ ਦਾ ਉਹ ਆ ਗਿਆ ਟੈਂਪਰੇਚਰ ਕੰਟਰੋਲ, ਅਤੇ ਇੱਥੇ ਆਪਾਂ ਸਮਾਨ ਰੱਖ ਸਕਦੇ ਕਿਉਂਕਿ ਜਹਾਜ਼ ਦੇ ਵਿੱਚ ਛੋਟੇ ਛੋਟੇ ਕਮਰੇ ਉਹ ਹਰ ਕਮਰੇ ਦੇ ਵਿੱਚ ਇਹ ਫਰਿੱਜਾਂ ਦਿੱਤੀਆਂ ਹੋਣਗੀਆਂ ਉੱਥੇ। ਆਪਾਂ ਬੈਕ ਸਾਈਡ ਵੇਹਦੇ ਇਹਦੇ। ਇਸ ਤਰ੍ਹਾਂ ਇੱਕ ਆਹ ਪਈ ਆ, ਇਹ ਸੈਨਿਓ ਦੀ ਆ, ਸੈਨਿਓ ਮਿੰਨੀ, ਇਹ ਵੀ ਫਰਿੱਜ ਆ। ਹੁਣ ਜੇ ਕੋਈ ਬੰਦਾ ਚਲਾਉਣ ਵਾਲਾ ਹੋਵੇ ਤੈਨੂੰ ਚਲਾ ਵੀ ਸਕਦਾ, ਉੱਥੇ ਹੋ ਸਕਦਾ ਚਾਲੂ ਹਾਲਤ ਦੇ ਵਿੱਚ ਹੀ ਹੋਣ, ਮੇਰੇ ਖਿਆਲ ਦੇ ਵਿੱਚ ਚਾਲੂ ਹਾਲਤ 'ਚ ਹੀ ਆ। ਆਹ ਆਮ ਆਪਣੇ ਜੋ 220 ਵੋਲਟ ਸਪਲਾਈ 'ਤੇ ਚੱਲਣ ਵਾਲੀਆਂ ਛੋਟੀ ਜਿਹੀ ਮੋਟਰ ਆਈ, ਇਹਨੂੰ ਦੇਖ ਸਕਦੇ ਤੁਸੀਂ ਨਿੱਕੀ ਜਿਹੀ, ਇਸੇ ਤਰ੍ਹਾਂ ਪਰੇ ਨੂੰ ਮੋਟਰ ਲੱਗੀ ਹੋਈ ਹੈ। ਫਰਿੱਜ ਵਧੀਆ ਵਾ, ਇਹ ਪੁੱਛਦੇ ਇਹਨੂੰ ਰੇਟ ਕੀ ਆ। 3500 ਰੁਪਏ ਦਾ ਆਈ ਹੈ, ਇਹ 3500 ਰੁਪਈਏ ਦੀ ਹੈ ਫਰਿੱਜ, ਅਤੇ ਆਹ 4000 ਦੀ ਆ ਜਿਹੜੀ ਹੈਗੀ ਆ ਸ਼ਾਰਪ ਦੀ। ਇਸੇ ਤਰ੍ਹਾਂ ਹੀ ਆਹ ਪਤਾ ਨਹੀਂ ਕੀ ਸਟੈਪਲਰ ਆ ਗਈ ਜੀ, ਜਿਹੜੀਆਂ ਪਿੰਨਾਂ ਹੁੰਦੀਆਂ ਸਟੈਪਲਰ ਦੀਆਂ ਪਿੰਨਾਂ, ਇਹ ਆ ਗਏ ਕਲੀਨਰ ਜਿਵੇਂ ਆਪਾਂ ਪਹਿਲਾਂ ਪਿੱਛੇ ਦੇਖ ਕੇ ਆਏ ਆ। 5 ਲੀਟਰ ਦੀ ਇਹਦੀ ਹੈਗੀ ਆ ਓਵਨ, ਓਵਨ ਸਾਫ਼ ਕਰਨ ਨੂੰ ਜਾਂ ਕੋਈ ਫਰਸ਼ ਸਾਫ਼ ਕਰਨ ਨੂੰ, ਅਲੱਗ ਅਲੱਗ ਕਲੀਨਰ ਤਾਂ ਹੈਗੇ ਆ ਸਾਰੇ ਜਹਾਜ਼ ਦੇ ਆ, ਜਿਵੇਂ ਕਿ ਤੁਸੀਂ ਦੇਖ ਸਕਦੇ ਅਲਕੋਹਲ ਲਿਖਿਆ ਹੋਇਆ ਉੱਤੇ, ਅਲਕੋਹਲ ਔਰ ਸਾਰੇ ਕਲੀਨਰ ਆਈ ਹੈ। ਉੱਪਰ ਸਾਰੇ ਟੈਲੀਫੋਨ ਪਏ ਆ, ਵੈਸੇ ਕੰਮ ਤਾਂ ਹੈ ਨਹੀਂ ਪਰ ਕਿਸੇ ਸ਼ੋ ਪੀਸ ਵਜੋਂ ਇਹ ਕੰਮ ਆ ਸਕਦੇ ਆ। ਅਤੇ ਆਹ ਬੁਰਜ ਵਗੈਰਾ ਆ ਗਏ, ਇੱਧਰ ਆਹ ਰੱਸੇ ਆ ਗਏ, ਅਤੇ ਆਹ ਆ ਗਿਆ ਜੀ ਡਸਟਬਿਨ, ਡਸਟਬਿਨ ਆ ਹੈ ਤੁਸੀਂ ਦੇਖ ਸਕਦੇ। ਕਈ ਤਾਂ ਅਜੇ ਨਵੇਂ ਹੀ ਆ ਵਿਚਾਰੇ, ਉੱਤੋਂ ਲਿਫਾਫਾ ਵੀ ਨਹੀਂ ਨੱਥੇ, ਪੇਪਰ ਵਿੱਚ ਜਾਂ ਕੁਛ ਵੀ ਆਪਦਾ ਕੋਈ ਖਾਣ ਪੀਣ ਵਾਲਾ ਸਮਾਨ। ਇੱਕ ਤੁਹਾਨੂੰ ਹੋਰ ਸੁਣਿਆ ਵਾਲ ਫੈਨ, 110 ਵੋਲਟ 'ਤੇ ਚੱਲਣ ਵਾਲੇ ਆ, ਅਤੇ ਕੁਛ ਇਹ ਚੱਲਣ ਵਾਲੇ ਉਹਦੇ 'ਤੇ ਆਪਣੇ 'ਤੇ 220 'ਤੇ, ਜਿਹੜੇ 110 ਵਾਲੇ ਉਹ 300 ਜਾਂ 400 ਰੁਪਏ ਦੇ ਆਸ ਪਾਸ ਇਹ ਦੇ ਦਿੰਦੇ ਆ। ਇਹ ਵਾਲ ਫੈਨ ਬਾਹਰਲਾ ਹੁੰਦਾ, ਇਹ ਵੀ ਡੋਰ ਕਲੋਜ਼ਰ ਵਾਧੂ ਪਏ ਆ। ਆਹ ਕੁਰਸੀ ਆ, ਦੇਖੀ ਖੋਲ੍ਹੀ ਇਹਨੂੰ ਕੁਰਸੀ ਨੂੰ, ਹਾਂ ਬਸ ਬਸ ਖੁੱਲ੍ਹ ਗਈ, ਖੁੱਲ੍ਹ ਗਈ ਮਾਰ ਮੁੱਦੀ, ਉਹ ਪਿੱਛੋਂ ਸਹੀ ਕਰ ਲਾ, ਲਓ ਕੱਛ ਦੇ ਕੇ ਲੈ ਜਾਓ ਕਿਤੇ ਜਾ ਕੇ ਕੁਰਸੀ ਡਾ ਲਓ। ਇੱਕ ਆ ਮੈਟ ਆ ਕੋਈ ਬਲਾ ਵਧੀਆ ਆ, ਤਾਰੇ ਤਾਰੇ ਚਮਕ ਦੇ ਵਿੱਚ, ਔਰ ਜਿਵੇਂ ਉੱਪਰ ਕੱਚ ਲੱਗਾ ਹੁੰਦਾ। ਇਸੇ ਤਰ੍ਹਾਂ ਹੀ ਆਹ ਆ ਗਏ ਜੀ ਸਿਲੰਡਰ ਅੱਗ ਬੁਝਾਉਣ ਵਾਲੇ, ਇਹ ਵੀ ਉਹਦੇ ਆ ਗਏ ਸ਼ਿਪ ਦੇ। ਅਤੇ ਆਹ ਆ ਗਏ ਜੀ ਲੌਕ, ਸਮੁੰਦਰੀ ਜਹਾਜ਼ ਦੇ ਜਿਹੜੇ ਦਰਵਾਜ਼ਿਆਂ ਨੂੰ ਜਿਵੇਂ ਬਾਥਰੂਮਾਂ ਨੂੰ ਆਪਾਂ ਵੇਖ ਕੇ ਆਏ ਹਾਂ, ਆਹ ਸਾਰੇ ਲੌਕ ਆ। ਕਈ ਵਾਰੀ ਟੂਟੀਆਂ ਵਗੈਰਾ ਵੀ ਆ ਜਾਂਦੀਆਂ ਇਹਦੇ ਵਿੱਚ, ਕਾਫੀ ਵਧੀਆ ਹੁੰਦੀਆਂ ਟੂਟੀਆਂ ਵੀ। ਮੁੰਡਾ ਇੱਥੋਂ ਉੱਠ ਗਿਆ, ਨਹੀਂ ਤਾਂ ਰੇਟ ਆਪਾਂ ਨਾਲ ਦੀ ਨਾਲ ਪੁੱਛੀ ਜਾਣਾ ਸੀਗਾ, ਜਿੰਨੇ ਕੁ ਆਪਾਂ ਰੇਟ ਦੇਖੇ ਉਹ ਤੁਹਾਨੂੰ ਦੱਸ ਰਹੇ ਨਾਲ। ਅਤੇ ਹਥੌੜੀ ਵਗੈਰਾ ਜਿਵੇਂ ਵੇਖ ਸਕਦੇ ਹੋ ਕਿ ਸਾਰੇ ਇਹ, ਆਹ ਮੈਂ ਤੁਹਾਨੂੰ ਉੱਥੇ ਪਹਿਲਾਂ ਵੀ ਦਿਖਾਇਆ ਸੀਗਾ ਹਥੌੜਾ, ਕਾਰਕ ਦਾ ਹਥੌੜਾ,
ਤੇ ਇਸ ਸਾਈਡ ਤੇ ਆ ਗਏ ਜੀ ਫੌਜੀਆਂ ਦੇ ਜਿਹੜੇ ਹੁੰਦੇ ਆ ਟੂਲ ਰੱਖਣ ਨੂੰ ਟੂਲ ਬਾਕਸ ਤੇ ਇਹ ਰੱਸੇ ਬੈਲਟਾਂ ਇਸ ਤਰ੍ਹਾਂ ਦਾ ਸਮਾਨ ਆ ਜੀ ਬਾਕੀ ਤੁਸੀਂ ਗੇੜਾ ਮਾਰ ਕੇ ਵੇਖ ਸਕਦੇ ਹੋ ਇੱਥੇ